अस्सलाम वालेकुम, वेलकम बैक टू माय चैनल कुकिंग क्लास विद ज़हरा बुखारी। आज हम आपके लिए लेकर आए हैं बहुत ही मज़ेदार दाल चना नीमको की रेसिपी। अब आपको बाज़ार से ख़रीदने की बिल्कुल ज़रूरत नहीं है, आप इसे फटाफट घर पर तैयार कर सकते हैं। बहुत ही मज़ेदार बनकर तैयार होती है और बच्चों की तो ये फेवरेट है। तो चले करते हैं इस रेसिपी का आगाज़। अगर वीडियो पसंद आए तो चैनल को सब्सक्राइब कर लें और बेल को भी प्रेस कर लें ताकि हमारी हर न्यू अपलोड आप तक आसानी पहुँच सके। तो चले करते हैं स्टार्ट। ਕੀ ਹਾਲ ਹੈ? ਠੀਕ ਹੋ? ਇਨਸ਼ਾ ਅੱਲਾ ਮੇਰੇ ਸਾਰੇ ਭੈਣਾਂ ਭਾਈ ਬਿਲਕੁਲ ਠੀਕ ਠਾਕ ਹੋ ਸਨ, ਅੱਲਾ ਪਾਕ ਦੇ ਕਰਮ ਨਾਲ ਅਸੀਂ ਵੀ ਬਿਲਕੁਲ ਠੀਕ ਹਾਂ। ਅੱਜ ਬੜੀ ਜ਼ਬਰਦਸਤ ਰੈਸਪੀ ਲੈ ਕੇ ਆਇਆ। ਅੱਜ ਸਾਡੇ ਕਿਚਨ ਵਿੱਚ ਬਣ ਰਹੀ ਦਾਲ ਚਨਾ ਨਿਮਕੀਨ, ਜਿਸ ਨੂੰ ਤੁਸੀਂ ਮਹੀਨੋ ਰੱਖ ਕੇ ਇਸਤੇਮਾਲ ਕਰ ਸਕਦੇ ਹੋ, ਖਾ ਸਕਦੇ ਹੋ, ਇੰਜੋਏ ਕਰ ਸਕਦੇ ਹੋ ਬੱਚਿਆਂ ਦੇ ਨਾਲ। ਅਤੇ ਆਓ ਜੀ ਰੈਸਪੀ ਸਟਾਰਟ ਕਰ ਲੈਂਦੇ ਹਾਂ। ਅਤੇ ਇਸ 'ਤੇ ਮੈਂ 1 ਕੱਪ ਲੈ ਲਿਆ ਚਨਿਆਂ ਦੀ ਦਾਲ, ਇਸ ਨੂੰ ਮੈਂ ਰਾਤ ਭਰ ਭਿਗੋ ਦਿੱਤਾ ਇਹ। ਹੁਣ ਮਾਸ਼ਾਅੱਲਾ ਇਸ ਦੇ ਅੰਦਰ ਮੈਂ 1/2 ਚਮਚ ਚਾਹ ਵਾਲੀ ਤੋਂ ਥੋੜ੍ਹਾ ਜਿਹਾ ਕੰਮ, ਇਸ ਦੇ ਅੰਦਰ ਤਕਰੀਬਨ 1/4 ਹਿੱਸਾ, ਇਸ ਦੇ ਅੰਦਰ ਮਿੱਠਾ ਸੋਡਾ ਡਾਲ ਦਿੱਤਾ। ਬੇਕਿੰਗ ਪਾਊਡਰ ਨਹੀਂ ਹੈ, ਮਿੱਠਾ ਸੋਡਾ ਹੈ ਜਿਹੜਾ ਪਕੌੜਿਆਂ 'ਚ ਅਸੀਂ ਡਾਲਦੇ ਹਾਂ। ਅਤੇ ਮਾਸ਼ਾਅੱਲਾ ਬੜੀ ਫੁੱਲ ਗਈ ਹੈ, ਬਹੁਤ ਪਿਆਰੀ ਹੋ ਗਈ, ਵੇਖੋ ਨਾ ਗਲ ਵੀ ਗਈ ਹੈ ਉਸ ਦੇ ਨਾਲ। ਉਹ ਪਹਿਲੇ ਇਸ ਨੂੰ ਸਾਫ਼ ਕਰਨਾ, ਫਿਰ ਇਸ ਨੂੰ 2-3 ਪਾਣੀਆਂ ਨਾਲ ਧੋ ਕੇ ਓਵਰ ਨਾਈਟ ਵਾਸਤੇ ਤੁਸੀਂ ਭਿਗੋ ਦੇਣਾ। ਠੀਕ ਹੈ, ਭਿਗੋ ਕੇ ਅਤੇ ਹੁਣ ਇਸ ਅਸੀਂ 2-3 ਪਾਣੀਆਂ ਨਾਲ ਫਿਰ ਧੋ ਲੈਂਦੇ ਹਾਂ। ਤਾਂ ਫਿਰ ਜੇ ਤਾਂ ਪੱਖੇ ਦੇ ਨੀਚੇ ਨਾ ਇਸਨੂੰ 30 ਮਿੰਟ ਵਾਸਤੇ ਨਾ ਅਸੀਂ ਇਸ ਤਰ੍ਹਾਂ ਨਾ ਫੈਲਾ ਕੇ ਨਾ ਸਾਰਾ, ਅਤੇ ਇਸ ਨੂੰ ਪੱਖੇ ਦੇ ਥੱਲੇ ਛੋੜ ਦੇਣਾ ਤਾਂ ਕਿ ਇਹ ਖੁਸ਼ਕ ਹੋ ਵੰਜੇ। ਠੀਕ ਹੈ, ਇਸਨੂੰ ਅਸੀਂ ਇਤਨਾ ਕੀਤਾ 1/2 ਘੰਟਾ ਰੱਖ ਕੇ ਨਾ ਹਲਕੀ ਹਲਕੀ ਨਮੀ ਹੈ ਨਹੀਂ ਤਾਂ ਖੁਸ਼ਕ ਹੋ ਗਈ। ਠੀਕ ਹੈ, ਇਸ ਵੀ ਪਾਣੀ ਨਹੀਂ ਛੋੜਨਾ, ਬਿਲਕੁਲ ਹੱਥ ਦੇ ਨਾਲ ਨਹੀਂ ਲੱਗ ਰਿਹਾ, ਇਸ ਤਰ੍ਹਾਂ ਨਾ ਬਿਲਕੁਲ ਖੁਸ਼ਕ ਹੈ। ਠੀਕ ਹੈ, ਅਤੇ ਆਇਲ ਸਾਡਾ ਫੁੱਲ ਗਰਮ ਹੋ ਗਿਆ, ਫੁੱਲ ਗਰਮ ਹੋਵੇ ਤਾਂ ਤੁਸੀਂ ਦਾਲ ਡਾਲਣੀ। ਠੀਕ ਹੈ, ਹਾਫ ਦਾਲ ਡਾਲਦੇ ਹਾਂ, ਹਾਫ ਬਾਣੀ ਇਸ ਤਰੀਕੇ ਨਾਲ 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 ਤੁਸੀਂ ਲਾਉਣਾ। ਪਹਿਲੇ ਇਸ ਦੇ ਆਉ ਤੋਂ ਬੱਬਲ ਬਣਵਾ ਸਨ, ਜਿਸ ਵੇਲੇ ਬਣਨੇ ਤੇ ਆ ਗਈ ਨਾ ਤਾਂ ਬੱਬਲ ਖਤਮ ਹੋ ਗਏ ਸਨ। ਇਸਨੂੰ ਨਾਲ ਨਾਲ ਤੁਸੀਂ ਇਸ ਤਰ੍ਹਾਂ ਨਾ ਹਿਲਾਉਣਾ ਤਾਂ ਕਿ ਸਾਰੀਆਂ ਸਾਈਡਾਂ ਤੋਂ ਅੱਛੇ ਤਰੀਕੇ ਨਾਲ ਪੱਕ ਬਣਗੇ। ਅਤੇ ਇਸਦੇ ਬਬਲ ਖਤਮ ਹੋ ਗਏ, ਇਹ ਹੁਣ ਬਿਲਕੁਲ ਪੱਕਣੇ 'ਤੇ ਆ ਗਈ ਹੈ। ਇਹ ਬੜੀ ਅੱਛੇ ਤਰੀਕੇ ਨਾਲ ਨਿਮਕੀਨ ਦਾਲ ਬਹੁਤ ਮਜ਼ੇ ਦੀ ਬਣ ਕੇ ਤਿਆਰ ਹੁੰਦੀ। ਘਰ ਦੇ ਵਿੱਚ ਇਹ ਚੀਜ਼ਾਂ ਅਸੀਂ ਬਆਸਾਨੀ ਬਣਾ ਸਕਦੇ ਹਾਂ, ਤੁਸੀਂ ਇਹ ਸਾਫ਼ ਸੁਥਰੀਆਂ ਘਰ ਦੇ ਵਿੱਚ ਚੀਜ਼ਾਂ ਬਣਾਈਆਂ ਕਰੋ। ਚੱਲ ਇਤਨੀ ਮਜ਼ੇ ਦੀ ਬਣ ਕੇ ਤਿਆਰ ਹੋਈ ਨਾ, ਤਾਂ ਇਸ ਤਰ੍ਹਾਂ ਨਿਕਾਲ ਲੈਂਦੇ ਹਾਂ ਦਾਲ ਚਨਾ ਸਾਡੀ। ਇਸਨੂੰ ਅਸੀਂ ਲਾ ਲਿਆ ਟਿਸ਼ੂ ਅਤੇ ਇਸ ਦੇ ਉੱਤੇ ਫੈਲਾ ਦਿੰਦੇ ਹਾਂ। ਠੀਕ ਹੈ, ਇਸ ਤਰੀਕੇ ਨਾਲ ਨਾ ਤੇ ਦੂਸਰੀ ਵੀ ਇਸ ਤਰੀਕੇ ਨਾਲ ਅਸੀਂ ਬਣਾ ਲੈਂਦੇ ਹਾਂ ਜੀ। ਤਾਂ ਮਾਸ਼ਾਅੱਲਾ ਇਤਨੀ ਮਜ਼ੇ ਦੀ ਬਣ ਕੇ ਤਿਆਰ ਹੋਈ। ਤਾਂ ਹੁਣ ਅਸੀਂ ਇਸਦਾ ਜਿਹੜਾ ਐਕਸਟਰਾ ਆਇਲ ਆ ਨਾ ਉਹ ਨਿਕਲ ਗਿਆ, ਅਤੇ ਇਸ ਦੇ ਅੰਦਰ ਡਾਲਦੇ ਹਾਂ, ਅਤੇ ਇਸ ਦੇ ਮਸਾਲੇ ਡਾਲਦੇ ਹਾਂ, ਅਤੇ ਇਤਨੀ ਮਜ਼ੇਦਾਰ ਮਾਸ਼ਾਅੱਲਾ ਜੀ ਮਾਸ਼ਾਅੱਲਾ ਜੀ। ਇਸ ਦੇ ਅੰਦਰ ਡਾਲਦੇ ਹਾਂ 1/2 ਚਾਹ ਵਾਲੀ ਚਮਚ ਨਮਕ, 1/2 ਚਾਹ ਵਾਲੀ ਚਮਚ ਚਾਟ ਮਸਾਲਾ, 1/2 ਚਾਹ ਵਾਲੀ ਚਮਚ ਤੋਂ ਥੋੜ੍ਹੀ ਜਿਹੀ ਕੰਮ ਮਿਲ ਰੈੱਡ ਤਿੱਖੀ ਮੇਰੇ 'ਚ, ਇਹ ਤਿੱਖੀ ਵਾਲੀ, ਅਤੇ ਇਸਨੂੰ ਮਿਕਸ ਕਰ ਲੈਂਦੇ ਹਾਂ। ਤਿੱਖੀ ਵਾਲੀ ਮੇਰੇ 'ਚ ਡਾਲੀ ਵੇ ਜੀ। ਅਤੇ ਇਸ ਦੇ ਅੰਦਰ ਡਾਲਦੇ ਹਾਂ ਥੋੜ੍ਹਾ ਲੈਮਨ ਤਾਂ ਕਿ ਮਜ਼ੇਦਾਰ ਹੋ ਜਾਏ। ਅਤੇ ਇਸ ਨੂੰ ਤੁਸੀਂ ਨਾ ਸਟੋਰ ਕਰਨਾ ਨਾ ਰੱਖਣਾ, ਅਤੇ ਪਲਾਸਟਿਕ ਵਾਲੇ ਡੱਬੇ 'ਚ ਨਹੀਂ ਰੱਖਣਾ, ਜਿਹੜਾ ਜਾਰ ਹੁੰਦਾ ਨਾ ਕੱਚ ਦਾ ਉਸ ਦੇ ਵਿੱਚ ਰੱਖਣਾ, ਇਹ ਤੁਹਾਡੀ ਖਰਾਬ ਹੀ ਨਹੀਂ ਹੁੰਦੀ, ਮਹੀਨੋਂ ਚਲਦੀ ਇਨਸ਼ਾਅੱਲਾ ਜੀ। ਤਾਂ ਕਰਦੇ ਹਾਂ ਡਿਸ਼ ਆਊਟ, ਮਾਸ਼ਾਅੱਲਾ ਸਹੀ ਚਟਪਟੀ
ਇਸ ਦੀ ਖੂਬਸੂਰਤੀ ਵਾਸਤੇ ਲੈਮਨ ਮਿਰਚ ਥੋੜ੍ਹਾ ਗ੍ਰੀਨ ਧਨੀਆ। ਮਾਸ਼ਾਅੱਲਾ ਜੀ ਨਿਮਕੀਨ ਚਨਾ ਦਾਲ ਬਣ ਕੇ ਤਿਆਰ ਹੋ ਗਈ ਅਤੇ ਮਾਸ਼ਾਅੱਲਾ ਇਤਨੀ ਮਜ਼ੇ ਦੀ ਬਣੀ ਨਾ, ਤੁਹਾਨੂੰ ਨਜ਼ਦੀਕ ਕਰਕੇ ਦਿਖਾਵਾਂ, ਇਤਨੀ ਮਾਸ਼ਾਅੱਲਾ ਮਜ਼ੇ ਦੀ ਤਿਆਰ ਹੋਈ, ਯਮੀ, ਇਤਨੀ ਮਾਸ਼ਾਅੱਲਾ ਟੇਸਟੀ ਹੈ ਨਾ। ਤੁਸੀਂ ਘਰ ਦੇ ਵਿੱਚ ਬੱਚਿਆਂ ਦੇ ਨਾਲ ਇੰਜੋਏ ਕਰ ਸਕਦੇ ਹੋ। ਲਾਈਕ ਸ਼ੇਅਰ ਜ਼ਰੂਰ ਕੀਤਾ ਕਰੋ ਅਤੇ ਅਗਰ ਚੈਨਲ 'ਤੇ ਨਹੀਂ ਹੋ ਤਾਂ ਸਬਸਕ੍ਰਾਈਬ ਕਰ ਲਓ ਅਤੇ ਅਗਰ ਪਹਿਲੇ ਤੋਂ ਮੌਜੂਦ ਹੋ ਤਾਂ ਤੁਹਾਡਾ ਜੀ ਬੇਹੱਦ ਸ਼ੁਕਰੀਆ। ਇਸ ਦੇ ਨਾਲ ਮੈਂ ਚਾਹੁੰਦੀ ਹਾਂ ਇਜਾਜ਼ਤ, ਆਪਣਾ ਢੇਰ ਸਾਰਾ ਖਿਆਲ ਰੱਖਣਾ। ਮਿਲਦੇ ਹਾਂ ਜੀ ਕਿਸੇ ਨਵੀਂ ਮਜ਼ੇਦਾਰ ਰੈਸਪੀ ਦੇ ਨਾਲ। ਠੀਕ ਹੈ ਜੀ, ਅੱਲਾ ਹਾਫਿਜ਼। ਫਿਰ ਮਿਲਦੇ ਹੈ ਇੱਕ ਨਿਊ ਰੈਸਪੀ ਕੇ ਸਾਥ, ਤਬ ਤੱਕ ਕੇ ਲਈ ਅੱਲਾ ਹਾਫਿਜ਼। ਚੈਨਲ ਕੋ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਜ਼ਰੂਰ ਕੀਜੀਏਗਾ ਔਰ ਬੈਲ ਕੋ ਵੀ ਪ੍ਰੈਸ ਕਰ ਲੇ ਤਾਂ ਕਿ ਮਾਰੀ ਹਰ ਨਿਊ ਅਪਲੋਡ ਆਪ ਤੱਕ ਬਸਾਨੀ ਪਹੁੰਚ ਸਕੇ। ਖੁਸ਼ ਰਹੇ, ਆਬਾਦ ਰਹੇ, ਅੱਲਾ ਹਾਫਿਜ਼।